ਅਜਮੇਰ ਸਿੱਧੂ ਦੀ ਕਹਾਣੀ ਇਵਾਨ ਇਲੀਚ ਦੀ ਦੂਜੀ ਮੌਤ ਸਪੈਸ਼ਲਿਸਟ ਇੰਜੀਨੀਅਰ ਦੀ ਹੋਮੇਜ ਨੌਕਰੀ ਕਰ ਰਹੇ ਨੂੰ ਚਿਤ ਚੇਤਾ ਵੀ ਨਹੀਂ ਸੀ ਕਿ ਸੰਸਾਰ ਪੱਦਰ ਦੀ ਕੰਪਨੀ ਮੈਨੂੰ ਜੌਬ ਤੋਂ ਜਵਾਬ ਦੇ ਦੇਗੀ ਹਰ 6 ਮਹੀਨੇ ਬਾਅਦ ਹੋਣ ਵਾਲੇ ਮੈਡੀਕਲ ਚੈੱਕਅਪ ਵਿੱਚ ਮੈਂ ਰੋਗੀ ਪਾਇਆ ਗਿਆ ਐਚ ਆਈ ਵੀ ਪੋਜ਼ਿਟਿਵ ਦੀ ਡਾਕਟਰੀ ਰਿਪੋਰਟ ਤੇ ਜੌਬ ਤੋਂ ਜਵਾਬ ਵਾਲਾ ਲੈਟਰ ਇੱਕ ਲਿਫਾਫੇ 'ਚ ਪਾ ਕੇ ਮੇਰੇ ਹੱਥ ਫੜਾ ਦਿੱਤੇ ਗਏ ਸ ਮੈਂ ਟੁੱਟੇ ਦਿਲ ਨਾਲ ਘਰ ਪੁੱਜਿਆ ਸੀ ਸਾਰਾ ਟੱਬਰ ਸੋਗ 'ਚ ਡੁੱਬ ਗਿਆ ਸੀ ਮਮਾ ਤਾਂ ਰੋ ਰੋ ਝੱਲੀ ਹੋ ਗਈ ਸੀ ਪਰ ਮੈਂ ਆਪਣੇ ਆਪ ਨੂੰ ਐਚਆਈਵੀ ਪੋਜ਼ਿਟਿਵ ਮੰਨਣ ਲਈ ਤਿਆਰ ਹੀ ਨਹੀਂ ਸੀ ਡੈਡੀ ਅਗਲੇ ਦਿਨ ਹੀ ਮੈਨੂੰ ਪੈਥੋਲੋਜੀ ਲੈਬੈਟਰੀ ਲੈ ਗਏ ਬਲੱਡ ਟੈਸਟ ਦੀ ਰਿਪੋਰਟ ਇੱਥੇ ਵੀ ਪੋਜ਼ਿਟਿਵ ਸੀ ਉਸੇ ਦਿਨ ਅਸੀਂ ਦੂਜੀ ਲੈਬ 'ਚ ਜਾਵੜੇ ਇਸ ਲੈਬ ਨੇ ਨੈਗੇਟਿਵ ਰਿਜ਼ਲਟ ਦਿੱਤਾ ਸੀ ਦੂਜੀ ਲੈਬ ਦੀ ਰਿਪੋਰਟ ਵੇਖ ਕੇ ਮੰਮੀ ਦੇ ਸਾਹ ਚਾਹ ਆਇਆ ਸੀ ਤੀਜੀ ਲੈਬ ਜਾਣ ਵੇਲੇ ਉਹ ਆਪ ਨਾਲ ਗਏ ਤੀਜੀ ਲੈਬ ਵਾਲਿਆਂ ਦੋਨੋਂ ਰਿਪੋਰਟਾਂ ਪੜ੍ਹੀਆਂ ਫਿਰ ਆਪਣੀ ਰਿਪੋਰਟ ਵੇਲੇ ਕਹਿ ਦਿੱਤਾ ਐਚ ਆਈ ਵੀ ਪੋਜ਼ਿਟਿਵ ਹੈ ਤਾਂ ਨਹੀਂ ਪਰ ਹੋਣ ਦੀ ਪੋਸੀਬਿਲਿਟੀ ਹੈ ਮੇਰੇ ਮੂੰਹ ਡਾਕਟਰ ਨੂੰ ਕਿੱਲੋ ਦੀ ਗਾਲ ਨਿਕਲੀ ਮੈਨੂੰ ਆਪਣੀ ਕੰਪਨੀ ਵਾਲਿਆਂ ਤੋਂ ਬਾਅਦ ਸਭ ਤੋਂ ਵੱਧ ਨਫ਼ਰਤ ਡਾਕਟਰਾਂ ਨਾਲ ਹੈ ਮੈਂ ਆਪਣੀ ਮੰਮਾ ਨੂੰ ਕਿਹਾ ਮੰਮਾ ਮੈਂ ਐਚ ਆਈ ਵੀ ਪੋਜ਼ਿਟਿਵ ਕੰਪਨੀ ਦੀ ਬਦੌਲਤ ਆ ਇਹ ਮੇਰੇ ਖਿਲਾਫ ਇਹਨਾਂ ਲੋਕਾਂ ਦੀ ਸਾਜ਼ਿਸ਼ ਹੈ ਡਾਕਟਰ ਵੀ ਕੰਪਨੀ ਨਾਲ ਰਲੇ ਹੋਏ ਆ ਮੈਨੂੰ ਇਸ ਸਾਲ 50 ਲੱਖ ਦਾ ਪੈਕੇਜ ਦੇਣਾ ਪੈਣਾ ਸੀ ਅਗਲਿਆਂ ਨੂੰ 10 ਲੱਖ ਵਾਲੇ ਮਿਲ ਗਏ ਤੇ ਸਾਨੂੰ ਮੈਨੂੰ ਸ਼ੱਕ ਹੈ ਬਿਮਾਰੀ ਕੰਪਨੀ ਨਹੀਂ ਲਾਈ ਹੋਣੀ ਐ ਕੀ ਪਤਾ ਉਹ ਆਪ ਹੀ ਕੁੜੀਆਂ ਮੁਹੱਈਆ ਕਰਦੀ ਹੋਵੇ ਮੈਂ ਮੰਮਾ ਕੋਲ ਸਾਫ਼ ਮੁੱਕਰ ਗਿਆ ਸੀ ਹੇ ਸੱਚਿਆ ਪਾਤਸ਼ਾਹ ਮੇਰੀ ਲਾਡਲੀ ਨੂੰ ਇਹ ਬਿਮਾਰੀ ਨਾ ਹੋਵੇ ਉਦੋਂ ਦੇ ਮੰਮੀ ਹਰ ਰੋਜ਼ ਗੁਰਦੁਆਰੇ ਜਾਣ ਲੱਗ ਪਈ ਹੌਲੀ ਹੌਲੀ ਇਹ ਬਿਮਾਰੀ ਵਾਲੀ ਗੱਲ ਠੱਪ ਹੋ ਕੇ ਰਹਿ ਗਈ ਮੈਂ ਆਮ ਜ਼ਿੰਦਗੀ ਜਿਉਣ ਲੱਗ ਪਿਆ ਸੀ ਇਨਫੀਲਡ ਮੇਰੇ ਥੱਲੇ ਹੁੰਦਾ ਕਦੇ ਪਿੰਡ ਦੇ ਕਦੇ ਸ਼ਹਿਰ ਦੇ ਢੇੜੇ ਮਾਰਦਾ ਯਾਰਾਂ ਦੀਆਂ ਮਹਿਫਲਾਂ ਜੁੜਨ ਲੱਗ ਪਈਆਂ ਵਿਸਕੀ ਪੀਣ ਲਈ ਰੈਸਟੋਰੈਂਟ ਜਾਣਾ ਹੁੰਦਾ ਸੀ ਫਿਰ ਘਰ ਆ ਕੇ ਕੰਪਿਊਟਰ ਔਨ ਕਰਕੇ ਬਹਿ ਜਾਂਦਾ ਅੱਧੀ ਰਾਤ ਤੱਕ ਚੈਟਿੰਗ ਚੱਲਦੀ ਮੈਂ ਨੌਕਰੀ ਨੂੰ ਨਹੀਂ ਭੁੱਲਿਆ ਸੀ ਕੰਪਨੀ ਤੇ ਕੇਸ ਕਰਨ ਲਈ ਨੱਟ ਭੱਜ ਕਰਨ ਲੱਗਾ ਮੇਰੇ ਨਾਲ 7 ਹੋਰ ਬੰਦੇ ਕੇਸ ਕਰਨ ਲਈ ਤਿਆਰ ਹੋ ਗਏ ਇਸ ਤੋਂ ਪਹਿਲਾਂ ਕਿ ਅਸੀਂ ਕੇਸ ਲਾਉਂਦੇ 3 ਸਟਾਰ ਸ਼ਿਪਿੰਗ ਕੰਪਨੀ ਨੇ ਆਪਣੀ ਵੈਬਸਾਈਟ ਤੇ ਉਹਨਾਂ ਅਧਿਕਾਰੀਆਂ ਇੰਜੀਨੀਅਰਾਂ ਤੇ ਹੇਠਲੇ ਮੁਲਾਜ਼ਮਾਂ ਦੀ ਬਿਮਾਰੀ ਸਮੇਤ ਲਿਸਟ ਪ੍ਰਿੰਟ ਕਰ ਦਿੱਤੀ ਜਿਨ੍ਹਾਂ ਦੀ ਛਾਂਟੀ ਕੀਤੀ ਗਈ ਸੀ ਫਿਰ ਕੀ ਸੀ ਮੈਨੂੰ ਈਮੇਲਾਂ ਦੇ ਜਵਾਬ ਦੇਣੇ ਔਖੇ ਹੋ ਗਏ ਮੰਮੀ ਨੇ ਫੋਨ ਡਿਸਕਨੈਕਟ ਕਰ ਦਿੱਤੇ ਸੈੱਲ ਫੋਨ ਦਾ ਸਵਿਚ ਆਫ ਉਹਦੀ ਧੌਣੇ ਹੀ ਠੰਢ ਡਿੱਗ ਪਈ ਸੀ ਅੱਖਾਂ ਧਰਤੀ 'ਚ ਗੱਡੀਆਂ ਗਈਆਂ ਇਹ ਸਾਡੇ ਤੇ ਕੰਪਨੀ ਦਾ ਐਡਾ ਵੱਡਾ ਅਟੈਕ ਸੀ ਅਸੀਂ ਉਸ ਉੱਤੇ ਕੇਸ ਤੱਕ ਕੀ ਕਰਨਾ ਸੀ ਮੈਂ ਅਪਸੈਟ ਹੋ ਗਿਆ ਸੀ ਮੈਂ ਕੋਕਾ ਮਾਰਦਾ ਕੰਧ 'ਚ ਸਿਰ ਮਾਰਨ ਲੱਗ ਪੈਂਦਾ ਚੁਬਾਰੇ ਚੜ ਜਾਂਦਾ ਕੰਪਨੀ ਵਾਲਿਆਂ ਤੇ ਡਾਕਟਰਾਂ ਦੀ ਮਾਂ ਭੈਣ ਇਕ ਕਰਦਾ ਉਦੋਂ ਮੈਨੂੰ ਇਸ ਕਮਰੇ 'ਚ ਸ਼ਿਫਟ ਕੀਤਾ ਗਿਆ। ਅਸੀਂ ਮੇਰੇ ਨਾਲ ਵਾਲੇ ਕਮਰੇ 'ਚ ਭਈਆ ਹੁੰਦਾ ਸੀ। ਉਹਦਾ ਮੰਝਾ ਵੀ ਮੇਰੇ ਨਾਲ ਮੇਰੇ ਵਾਲੇ ਕਮਰੇ 'ਚ ਢਾਹ ਦਿੱਤਾ ਸੀ। ਭਈਆ ਤਾਂ ਕੰਮ 'ਚ ਫਸਿਆ ਰਹਿੰਦਾ, ਮੇਰੀ ਆਵਾਜ਼ ਵੀ ਕੋਠੀ ਅੰਦਰ ਨਹੀਂ ਪਹੁੰਚਦੀ ਸੀ। ਮੈਂ ਮੰਮੀ ਨਾਲ ਲੜ ਪਿਆ ਸੀ ਆਖਰ ਇੱਕ ਦਿਨ। ਉਹਨੇ ਸਿਰੇ ਦੀ ਗੱਲ ਆਖਤੀ, ਅਸੀਂ ਤੈਨੂੰ ਵਰਲਡ ਲੈਵਲ ਦਾ ਇੰਜੀਨੀਅਰ ਬਣਾਇਆ ਤੇ ਤੂੰ ਸਾਨੂੰ ਕੀ ਦਿੱਤਾ ਹੈ? ਬਦਨਾਮੀ। ਸਾਡਾ ਲੋਕਾਂ 'ਚ ਜੀਣਾ ਹਰਾਮ ਕੀਤਾ। ਇਹਦੇ ਨਾਲ ਤਾਂ ਚੰਗਾ ਸੀ ਕੁਲੱchnਾ ਜੰਮਦਾ ਹੀ ਮਰ ਜਾਂਦਾ। ਸਬਰ ਕਰ ਲੈਂਦੇ। ਮਮਾ ਦੇ ਬੋਲ ਅਜੇ ਵੀ ਮੇਰੇ ਸਿਰ 'ਚ ਵੱਜ ਰਹੇ। ਕੰਪਨੀ ਦੀ ਵੈਬਸਾਈਟ ਤੇ ਪ੍ਰਿੰਟ ਲਿਸਟ ਮੈਨੂੰ ਬੇਚੈਨ ਕਰ ਰਹੀ ਸੀ। ਡਾਕਟਰੀ ਰਿਪੋਰਟਾਂ ਪਰੇਸ਼ਾਨ ਕਰ ਰਹੀਆਂ ਤੇ ਉਤੋਂ ਮੰਮੀ ਦੀਆਂ ਗਾਲਾਂ, ਡੈਡੀ ਦੇ ਕੀਰਨੇ। ਬਸ ਇੱਕ ਆਯੋਧਾ ਮੇਰਾ ਗਿਰਾ ਸੀ। ਸੁੱਤਾ ਕਿੰਨਾ ਪਿਆਰਾ ਲੱਗਦਾ ਹੈ। ਮੈਂ ਇਹਦਾ ਇਵਾਨ ਇਲੀਟ ਮੈਂ ਨਹੀਂ। ਹਾਂ ਇਵਾਨ ਇਲੀਟ ਕਦੇ ਵੀ ਮੇਰੀ ਜ਼ਿੰਦਗੀ ਦਾ ਹਿੱਸਾ ਨਾ ਬਣਿਆ। ਹੁਣ ਜ਼ਰੂਰ ਬਣਿਆ ਹੋਇਆ ਹੈ। ਸ਼ਿਪ ਵਾਲੇ ਇਵਾਨ ਨੂੰ ਤਾਂ ਮੈਂ ਭੁੱਲ ਗਿਆ ਸੀ ਇੱਥੇ ਜਦੋਂ ਮੈਨੂੰ ਕੰਪਨੀ ਨੇ ਡਾਕਟਰਾਂ ਨੇ ਤੇ ਮੇਰੀ ਮੰਮਾ ਡੈਡ ਨੇ ਮੈਨੂੰ ਰੋਗ ਲਾ ਦਿੱਤਾ ਰੈਸਟੋਰੈਂਟ ਕੈਫੇ ਤੇ ਨੈੱਟ ਮੇਰੀ ਜ਼ਿੰਦਗੀ ਦੇ ਹਿੱਸੇ ਬਣ ਕੇ ਰਹਿ ਗਏ ਮੈਂ ਨੈੱਟ ਤੇ ਵੀ ਉਹੀ ਕੁਝ ਦੇਖਦਾ ਸੀ ਜੋ ਆਪ ਬੰਦਰਗਾਹ ਦੀਆਂ ਪੱਬਾਂ ਕਲਬਾਂ ਤੇ ਕਰਦਾ ਰਿਹਾ ਸੀ ਜਦੋਂ ਮਨ ਆਕ ਜਾਂਦਾ ਕੋਈ ਫਿਲਮ ਦੇਖਣ ਬੈਠ ਜਾਂਦਾ ਇੱਕ ਦਿਨ ਨੈੱਟ ਤੇ ਕਿਸੇ ਨਵੀਂ ਮੂਵੀ ਦੀ ਸਰਚ ਕਰ ਰਿਹਾ ਸੀ ਪਤਾ ਨਹੀਂ YouTube 'ਚੋਂ ਡੈਥ ਆਫ ਇਵਾਨੀ ਲੀਚ ਮੂਵੀ ਮੇਰੀ ਕਿਵੇਂ ਨਜ਼ਰ ਹੀ ਚੜ ਗਈ ਮੈਂ ਉਸੇ ਵੇਲੇ ਉਹਨੂੰ ਡਾਊਨਲੋਡ ਕਰ ਲਿਆ ਫਿਰ ਮੈਨੂੰ ਬਾਰ-ਬਾਰ ਇਹੀ ਫਿਲਮ ਦੇਖਣ ਦਾ ਪਸਪੈ ਗਿਆ ਮਮਾ ਮੈਨੂੰ ਇਹ ਫਿਲਮ ਦੇਖਣ ਤੋਂ ਵਰਜਦੀ ਰਹਿੰਦੀ ਪਰ ਮੈਂ ਫਿਲਮ ਦੇਖਣ ਦਾ ਹੱਥ ਨਾ ਛੱਡਿਆ ਜਿਸ ਦਿਨ ਮੈਂ ਇਹ ਫਿਲਮ ਨਾ ਦੇਖਣੀ ਮੈਨੂੰ ਅੱਚ ਵੀ ਲੱਗ ਜੜੀ ਜਿੱਦਾਂ ਮੈਨੂੰ ਸ਼ਰਾਬ ਤੇ ਸਿਗਰਟ ਦੀ ਤਲਬ ਉੱਠਦੀ ਉਵੇਂ ਇਸ ਮੂਵੀ ਦੀ ਮੈਂ ਕੰਪਿਊਟਰ ਆਨ ਕਰਨ ਤੋਂ ਪਹਿਲਾਂ ਪੈਗ ਲਾਉਂਦਾ ਦੂਜਾ ਪੈਗ ਫਿਰ ਮੂਵੀ ਦੇਖਣੀ ਸ਼ੁਰੂ ਕਰਦਾ ਮੂਵੀ ਦਾ ਦੂਜਾ ਹਿੱਸਾ ਮੌਤ ਲਈ ਤੜਪ ਰੇ ਇਵਾਨ ਉੱਤੇ ਫੋਕਸ ਹੈ ਇਹ ਹਿੱਸਾ ਆਉਂਦਾ ਤਾਂ ਮੇਰੇ ਪੈਗ ਵੱਜ ਜਾਂਦੇ ਨਾਲੋਂ ਨਾਲ ਸਿਗਰਟ ਦੇ ਕਸ਼ ਖਿੱਚਣ ਲੱਗ ਪੈਂਦਾ ਕਮਰੇ 'ਚ ਧੂਆ ਹੀ ਧੂਆ ਹੋ ਜਾਂਦਾ ਮੈਂ ਆਪਣੇ ਆਪ ਨੂੰ ਇਵਾਨ ਇਲੀਚ ਸਮਝਣ ਲੱਗ ਪਿਆ ਮੈਂ ਉਹਦੇ ਵਾਂਗ ਰੋਣ ਲੱਗ ਪੈਂਦਾ ਕਸ਼ਟ ਮੌਤ ਮੈਕਰੋਨ ਲੱਗ ਪੈਂਦਾ ਲੱਤਾਂ ਪੈਰ ਮਾਰਦਾ ਮੇਰਾ ਸਾਹ ਘੁੱਟਣ ਲੱਗ ਪੈਂਦਾ ਮੈਂ ਕੱਪੜੇ ਪਾੜ ਸੁੱਟਦਾ ਅਰਬਾਜ਼ ਨੂੰ ਗਾਲਾਂ ਕੱਢਦਾ ਮੇਰੇ ਸਾਹਮਣੇ ਪਰਾਸਕੋਵਿਆ ਆ ਆਖੜ ਦੀ ਗੋਰੀ ਚਿੱਟੀ ਲੰਮੀ ਪਤਲੀਆਂ ਬਾਹਾਂ ਸਾਫ ਤੋਂਣ ਲਿਸ਼ਕ ਦੇ ਵਾਲ ਤੇ ਹਿਰਨੀ ਵਰਗੀਆਂ ਅੱਖਾਂ ਵਾਲੀ ਪਰਾਸਕੋਵਿਆ ਪਰ ਮੈਂ ਤਾਂ ਕੁਆਰਾ ਸੀ ਪਰਾਸਕੋਵਿਆ ਤੇ ਮੈਡਮ ਸਤਿੰਦਰ ਕੌਰ ਰਲ ਗੱਡ ਹੋਣ ਲੱਗੀਆਂ ਮੈਡਮ ਸਤਿੰਦਰ ਕੁੱਤੇ ਨੂੰ ਦੁੱਧ ਪੁਲਾ ਰਹੀ ਹੁੰਦੀ ਤੇ ਮੈਂ ਹਰ ਸੇ ਬੈੱਡ ਤੇ ਪਿਆ ਤੜਪ ਰਿਆ ਹੁੰਦਾ ਮੰਮਾ ਨੇ ਕੁੱਤੇ ਨੂੰ ਸ਼ੇਰ ਬਣਾ ਲਿਆ ਤੇ ਪੁੱਤ ਦਾ ਪਲੀਦਾ ਕਰ ਲਿਆ ਪਰਾਸਕੋਵਿਆ ਜਿਹੀ ਨਾ ਹੋਵੇ ਗਧਿਆ ਪਰਾਸਕੋਵਿਆ ਵਰਗੀਆਂ ਪਤਨੀਆਂ ਹੋ ਸਕਦੀਆਂ ਮਾਵਾ ਨਹੀਂ ਇੰਦਰਪ੍ਰੀਤ ਦੀ ਕੁਰੀ ਈਮੇਲ ਵਿੱਚੋਂ ਵੀ ਦਿਖਦੀ ਪਈ ਸੀ ਲੋਕ ਹਨੇਰੇ 'ਚ ਹੀ ਮਰ ਜਾਂਦੇ ਐ ਤੇ ਪਿਛਲਿਆਂ ਲਈ ਆਲਾਮਤਾ ਛੱਡ ਜਾਂਦੇ ਐ ਮੈਂ ਚਾਹੁੰਦੀ ਆ ਤੂੰ ਖੁਦ ਚਾਨਣ ਬਣ ਇੰਦਰਪ੍ਰੀਤ ਨੇ ਪਹਿਲੀ ਵਾਰ ਈਮੇਲ ਮੈਨੂੰ ਸੈਂਡ ਕੀਤੀ ਸੀ ਮੈਂ ਸ਼ਿਪ ਦੀ ਰੰਗੀਨ ਦੁਨੀਆ 'ਚ ਇਹਨੂੰ ਭੁੱਲ ਚੁੱਕਾ ਸੀ ਜਦੋਂ ਮੈਂ ਪਿੰਡ ਮੁੜਿਆ ਤਾਵੀ ਇਹ ਮੇਰੇ ਚਿੱਤ ਜਿੱਤੇ ਨਹੀਂ ਸੀ ਮੰਮੀ ਡੈਡੀ ਨੇ ਮੈਨੂੰ ਕੋਠੀ ਦੇ ਬਾਹਰਲੇ ਹਿੱਸੇ ਵੱਲ ਧੱਕ ਦਿੱਤਾ ਸੀ ਤੇ ਕੰਪਨੀ ਨੇ ਮੈਨੂੰ ਵੈਬਸਾਈਟ ਕਰ ਦਿੱਤਾ ਸੀ ਸ਼ਾਇਦ ਕੰਪਨੀ ਦੀ ਵੈਬਸਾਈਟ ਤੋਂ ਹੀ ਇਹਨੂੰ ਮੇਰੀ ਬਿਮਾਰੀ ਦਾ ਪਤਾ ਲੱਗਾ ਹੋਣਾ ਹੈ ਤਾਈਓ ਈਮੇਲ ਕੀਤੀ ਸੀ ਇਹਨੂੰ ਮੈਡੀਕਲ ਵਿੱਚ ਦਾਖਲਾ ਨਾ ਮਿਲਣ ਦਾ ਸੁਣ ਕੇ ਮੈਨੂੰ ਦੁੱਖ ਵੀ ਹੋਇਆ ਸੀ दारू ਪੀ ਕੇ ਆਪਣੀ ਮੰਮੀ ਸਮੇਤ ਸਾਰੇ ਟੀਚਰਾਂ ਨੂੰ ਗਾਲ੍ਹਾਂ ਵੀ ਕੱਢੀਆਂ ਫਿਰ ਇਹ ਸੁਣ ਕੇ ਹੋਰ ਨਿਰਾਸ਼ ਹੋਈ ਸੀ ਕਿ ਬੀ ਐਸ ਸੀ ਬੀ ਐਡ ਕਰਕੇ ਨੌਕਰੀ ਨਹੀਂ ਸੀ ਮਿਲੀ ਉਹ ਪ੍ਰਾਈਵੇਟ ਸਕੂਲ 'ਚ ਪੜਾ ਰਹੀ ਐ ਸਿਰਫ 2000 ਰੁਪਏ 'ਚ ਕੋਈ ਚੰਗਾ ਰਿਸ਼ਤਾ ਵੀ ਨਹੀਂ ਮਿਲ ਰਿਹਾ ਉਦਾਂ ਰਿਸ਼ਤੇ ਬਾਰੇ ਸੁਣ ਕੇ ਮੈਂ ਅੰਦਰੋਂ ਖੁਸ਼ ਵੀ ਹੋਇਆ ਸੀ। ਮੇਰੀ ਬਿਮਾਰੀ ਲੋਕਾਂ ਦੇ ਨੈੱਟ ਤੇ ਚੜ ਚੁੱਕੀ ਸੀ। ਕੋਈ ਕੁੜੀ ਅੱਖ ਚੁੱਕ ਕੇ ਵੀ ਨਾ ਦੇਖਦੀ। ਮੈਂ ਕੁੜੀਆਂ ਲਈ ਤਰਸ ਗਿਆ ਸੀ। ਮੈਨੂੰ ਦਿਨੇ ਰਾਤ ਬੰਦਰਗਾਹਾਂ ਯਾਦ ਆਉਂਦੀਆਂ। ਪੱਬਾਂਕ ਲੱਬਾਂ 'ਚ ਥਰਥਰਾਉਂਦੇ ਜਿਸਮ ਧੂਪ ਆਉਂਦੇ। ਇਹ ਮੱਛੀ ਤਾਂ ਆਪਣੇ ਆਪ ਮੇਰੇ ਜਾਲ 'ਚ ਫਸ ਰਹੀ ਸੀ। ਮੇਰੀ ਪੁਰਾਣੀ ਫਰੈਂਡ ਮੈਂ ਉਹਨੂੰ ਈਮੇਲ ਕਰਤੀ ਸੀ। ਇੱਕ ਅੰਦਰਪ੍ਰਿਤ ਤੂੰ ਹੀ ਮੇਰੀ ਫਰੈਂਡ ਐ ਜਿਹਨੂੰ ਮੈਂ ਅੱਜ ਵੀ ਪਿਆਰ ਕਰਦਾ। ਹੋਰ ਸਭ ਮੈਨੂੰ ਖਾ ਗਈਆਂ। ਮੌਤ ਦੇ ਮੌਕੇ ਇੱਕ ਤੂੰ ਹੀ ਸਹਾਰਾ। ਤੂ ਮੇਰੀ ਕਲਾਸ ਦਾ ਲਾਇਕ ਮੁੰਡਾ ਸੀ ਤੇ ਲਾਇਕ ਬੰਦੇ ਮਰਨੇ ਨਹੀਂ ਚਾਹੀਦੇ ਦੇਸ਼ ਨੂੰ ਬੜੀ ਲੋੜ ਹੈ। ਉਦੋਂ ਮੈਂ ਮੰਝਾ ਨਹੀਂ ਸੀ ਮੱਲਿਆ। ਮੈਂ ਉਹਨੂੰ ਆਪਣੇ ਜੱਫੇ 'ਚ ਲੈਣਾ ਚਾਹੁੰਦਾ ਸੀ ਪਰ ਉਹ ਉਹਦੀ ਜਦੋਂ ਵੀ ਈਮੇਲ ਆਉਂਦੀ ਜਾਂ ਫੋਨ ਮੇਰੇ 'ਚ ਜਾਨ ਆ ਜਾਂਦੀ। ਮੈਂ ਬਿਮਾਰੀ ਨੂੰ ਭੁੱਲ ਜਾਂਦਾ। ਉਹ ਮੈਨੂੰ ਜਿਉਂਦਾ ਕਰ ਦਿੰਦੀ। ਇੱਕ ਪਾਸੇ ਟੋਲਸਟਾਈ ਦੀ ਪ੍ਰਾਸਕੋਵਿਆ ਤੇ ਦੂਜੇ ਪਾਸੇ ਉਹ ਇਹ ਨਾਵਲ ਉਹਨੂੰ ਮੈਂ ਪੜਾਇਆ ਵੀ ਸੀ। ਜਦੋਂ ਮੈਂ ਪ੍ਰਾਸਕੋਵਿਆ ਦੇ ਮੁਕਾਬਲੇ ਉਹਨੂੰ ਮਹਾਨ ਦੱਸਦਾ ਉਹ ਕੁਛ ਨਾ ਬੋਲਦੀ। ਹੁਣ ਤਾਂ ਮੈਥੋਂ ਬੋਲਿਆ ਵੀ ਘਟ ਜਾਂਦਾ ਹੈ ਉਦੋਂ ਮੈਂ ਜ਼ਿਆਦਾ ਸ਼ਰਾਬ ਪੀ ਲੈਂਦਾ ਸੀ ਪੂਰੀ ਸੁਰਤ ਨਾ ਰਹਿੰਦੀ ਰੱਬ ਦੀ ਮਾਂ ਪੈਣ ਇੱਕ ਕਰ ਦਿੰਦਾ ਛੀਕ ਚਹਾੜਾ ਪਾ ਦਿੰਦਾ ਨਾ ਦਿਨ ਮੁਕ ਦਾ ਨਾ ਰਾਤ ਮੈਂ ਰੋਜ਼ ਹਨੇਰੇ ਨੂੰ ਡੀਕਦਾ ਮੌਤ ਨੂੰ ਬਸ ਇਵਾਨੇ ਲੀਚ ਦੀ ਮੌਤ ਫਿਲਮ ਲਾ ਕੇ ਬਹਿ ਜਾਂਦਾ ਪੈਗ ਅੰਦਰ ਸੁੱਟੀ ਜਾਂਦਾ ਮੈਨੂੰ ਡਰ ਲੱਗਣ ਲੱਗ ਜਾਂਦਾ ਮੇਰੀਆਂ ਕੂਕਾਂ ਹੋਰ ਉੱਚੀਆਂ ਹੋ ਜਾਂਦੀਆਂ ਮੈਂ ਜਾ ਰਿਆਂ ਮੇਰੀ ਚੀਕ ਨਿਕਲ ਜਾਂਦੀ ਇੰਦਰਪ੍ਰੀਤੀ ਹੌਸਲੇ ਵਾਲੀ ਈਮੇਲ ਆ ਜਾਂਦੀ ਮੈਂ ਉਸੇ ਵਕਤ ਉਹਨੂੰ ਫੋਨ ਦੀ ਘੰਟੀ ਮਾਰ ਗਿਆ ਪ੍ਰੀਤ ਮੈਂ ਥੱਕ ਗਿਆ ਮੈਨੂੰ ਤੂੰ ਮੇਰੇ ਕੋਲ ਆ ਜਾ ਤੂੰ ਇਕੱਲਾ ਨਹੀਂ ਥੱਕਿਆ ਗਲੋਬਲੀ ਕਰਨ ਨੇ ਸਾਰੀ ਦੁਨੀਆ ਥਕਾ ਦਿੰਦੀ ਹੈ ਇਹ ਬਿਮਾਰੀਆਂ ਇਹ ਖੁੱਲ ਖੇੜ ਨਸ਼ੇ ਚਿੰਤਾ ਖੋਖਲਾਪਨ ਇਹ ਸੱਭਿਆਚਾਰ ਸਭ ਉਸੇ ਦੀ ਦੇਣ ਸਾਲੀ ਕਾਮ ਰੇਡਣੀ ਬਣ ਜਾਂਦੀ ਹੈ ਬਿਜਲੀ ਵਾਲਿਆਂ ਮੰਗ ਵੀ ਦੱਸ ਜੇ ਤੂੰ ਨਹੀਂ ਆ ਸਕਦੀ ਜਖਮਾਂ ਤੇ ਲੋਨ ਕਾ ਤੂੰ ਛਿੜਕਦੀ ਹੈ ਤੇਰਾ ਕੀ ਘਸਣ ਲੱਗਾ ਜੇ ਰਾਤ ਕਟਾ ਦਿਆ ਕਰੇ ਮੈਂ ਤਾਂ ਪਾਗਲ ਹੋਇਆ ਪਿਆ ਸੀ ਦਿਮਾਗ ਫਟਣ ਨੂੰ ਫਿਰਦਾ ਸੀ ਮੇਰੀਆਂ ਅੱਖਾਂ ਅਗੇ ਸਮੁੰਦਰ ਹੁੰਦਾ ਤੂਫਾਨ ਸਮੇ ਇੰਜਨ ਕੰਟਰੋਲ ਰੂਮ ਚ ਲਾਰਮ ਵੱਜਦੇ ਸੁਣਦੇ ਟੋਟੇ ਹੋਇਆ ਸ਼ਿਪ ਪਾਣੀ ਚੋਂ ਲਾਸ਼ਾਂ ਬਾਹਰ ਆਉਣ ਲੱਗਦੀਆਂ ਉਹ ਪਾਣੀ ਤੇ ਤੁਰਨ ਲੱਗ ਪੈਂਦੀਆਂ ਫਿਰ ਮੇਰੇ ਵੱਲ ਅਫਸਰਾਂ ਦੀਆਂ ਪਤਨੀਆਂ ਨੰਗੀਆਂ ਹੁੰਦੀਆਂ ਉਹਨਾਂ ਦੀਆਂ ਛਾਤੀਆਂ ਦੀ ਜਗ੍ਹਾ ਵੱਡੇ ਵੱਡੇ ਦੰਦ ਹੁੰਦੇ ਤੇ ਮੈਨੂੰ ਨੋ ਚਲਾਉਂਦੇ ਮੈਂ ਫਰਸ਼ ਤੇ ਸਿਰ ਪਟਕਣ ਲੱਗ ਪਿਆ ਉਹਨਾਂ ਦੇ ਮਰਿਓ ਪਤੀ ਕੰਧਾਂ ਤੇ ਲਟਕ ਜਾਂਦੇ ਉਹਨਾਂ ਦੇ ਲਿੰਗ ਮੇਰੇ ਵੱਲ ਵਧਣ ਲੱਗ ਪੈਂਦੇ ਮੈਂ ਸਮੁੰਦਰ ਵੱਲ ਨੂੰ ਭੱਜ ਪੈਂਦਾ ਸਮੁੰਦਰ ਚ ਪਾਣੀ ਤਾਂ ਹੈ ਹੀ ਨਹੀਂ ਸੀ ਸਿਰਫ ਖੂਨ ਸੀ ਚਾਰੇ ਪਾਸੇ ਖੂਨ ਹੀ ਖੂਨ ਠਾਠਾ ਮਾਰਦਾ ਨਜ਼ਰ ਆਉਂਦਾ ਮੈਂ ਵਾਪਸ ਭੱਜ ਲੈਂਦਾ ਮੰਮੀ ਡੈਡੀ ਬਹੁਤ ਘਬਰਾ ਗਏ ਸੀ ਉਹ ਮੈਨੂੰ ਕਦੇ ਕਿਸੇ ਡਾਕਟਰ ਕੋਲ ਲਈ ਫਿਰਦੇ ਕਦੇ ਕਿਸੇ ਕੋਲ 1.5 ਮਹੀਨਾ ਚੱਡਾ ਹਸਪਤਾਲ ਚ ਦਾਖਲ ਕਰੀ ਰੱਖਿਆ ਮੈਨੂੰ ਡਾਕਟਰਾਂ ਕੋਲੋਂ ਭੈ ਆਉਂਦਾ ਸੀ ਉਹਨੇ ਬਿਮਾਰੀ ਲਾ ਦੇਣੀ ਸੀ ਅੱਜ ਕੱਲ ਦੇ ਡਾਕਟਰਾਂ ਦਾ ਇਹ ਕਿੱਤਾ ਹੈ ਨਾਲੇ ਕੀ ਪਤਾ ਮੇਰੀ ਕੰਪਨੀ ਵਾਲੇ ਆ ਨਾਲ ਰਲੇ ਹੋਏ ਹੋਣ ਬਿਜਲੀ ਵਾਲੇ ਕਹਿੰਦੇ ਸੀ ਵਿਦੇਸ਼ੀ ਕੰਪਨੀਆਂ ਤਾਂ ਦੇਸ਼ ਚਲਾ ਰਹੀਆਂ ਮੈਂ ਹਸਪਤਾਲੋਂ ਭੱਜ ਆਇਆ ਸੀ ਮੈਂ ਘਰ ਆ ਕੇ ਲੁੱਕ ਗਿਆ ਇੱਥੇ ਵੀ ਹਸਪਤਾਲ ਵਾਂਗ ਡਰ ਆਉਣ ਲੱਗਾ ਖੂਨ ਨਾਲ ਭਰਿਆ ਸਮੁੰਦਰ ਲਾਸ਼ਾਂ ਕੰਧਾਂ ਮੇਰਾ ਖੜਾ ਨਹੀਂ ਛੱਡ ਰਹੀਆਂ ਸੀ ਮੈਂ ਮੰਮੀ ਡੈਡੀ ਨੂੰ ਕਿਹਾ ਵੀ ਇਸ ਕਮਰੇ ਨੇ ਮੈਨੂੰ ਖਾ ਜਾਣਾ ਮੈਨੂੰ ਕੋਠੀ ਅੰਦਰ ਲੈ ਜਾਓ ਇਹ ਸੁਣ ਕੇ ਉਹ ਹੋਰ ਸਹਿਮ ਗਏ ਉਹਨਾਂ ਨੂੰ ਕਿਹੜਾ ਮੇਰੇ ਤੇ ਤਰਸ ਆਉਂਦਾ ਸੀ ਪਹਿਲਾਂ ਤਾਂ ਸਮੁੰਦਰ ਚ ਬੰਦੇ ਉੱਠ ਕੇ ਆਉਂਦੇ ਸੀ ਫਿਰ ਫਰਸ਼ ਤੇ ਪਾਣੀ ਪਾਣੀ ਹੋਣ ਲੱਗ ਪਿਆ ਪਾਣੀ ਦੀਆਂ ਲਹਿਰਾਂ ਉੱਠਦੀਆਂ ਹੁਣ ਲਹਿਰਾਂ ਚੋਂ ਬੰਦੇ ਬਾਹਰ ਆ ਜਾਂਦੇ ਮੇਰੇ ਕੋਲ ਤਾਂ ਕੋਈ ਹਥਿਆਰ ਵੀ ਨਹੀਂ ਸੀ ਨਹੀਂ ਤਾਂ ਵੱਢ ਨਾ ਦਿੰਦਾ ਉਦਾਂ ਮੇਰੇ ਕੋਲ ਹਥਿਆਰਾਂ ਦਾ ਘਾਟਾ ਵੀ ਨਹੀਂ ਸੀ ਡੈਡੀ ਦੇ ਬਿਜਲੀ ਵਾਲੇ ਯਾਰ ਆਏ ਮੈਂ ਉਹਨਾਂ ਨੂੰ ਵੀ ਸੁਲਾ ਮਾਰੀ ਜੇ ਕਿਸੇ ਦਾ ਕੰਡਾ ਕੱਢਣਾ ਹੋਇਆ ਤਾਂ ਦੱਸ ਦੇ ਮੇਰੇ ਕੋਲ ਉਹ ਵਿਸ਼ਿੰਗਟਨ ਵਾਲੇ ਦਾ ਸੈੱਲ ਫੋਨ ਨੰਬਰ ਹੈਗਾ ਆ ਬਸ ਇੱਕ ਰਾਤ ਉਹਦੇ ਨਾਲ ਕਟਾਉਣੀ ਆ ਫਿਰ ਹੱਡ ਰਗੜ ਰਗੜ ਕੇ ਮਰੂ ਅੱਛਾ ਉਹ ਬੁੱਲਾ ਚ ਹੱਸਦੇ ਹੂੰਗਾ ਰਾ ਪਰਦੇ ਕਰਾਨੀ ਲੀਆਂ ਅੱਖਾਂ ਵਾਲੀ ਨਾਲ ਗੱਲ ਇਹ ਜਮਦੂਤ ਵੀ ਭੜਿਆ ਜਿਹਦੇ ਮਗਰ ਪੈ ਜਾਂਦੇ ਖਿਹੜਾ ਨਹੀਂ ਛੱਡਦੇ ਮੈਂ ਉਹਦਾ ਭਈਏ ਤੋਂ ਵੀ ਮਾਫੀ ਮੰਗ ਲੈਣੀ ਸੀ ਮੈਨੂੰ ਤਾਂ ਲਿੰਗ ਤੇ ਛਾਤੀਆਂ ਦੇਸੀਆਂ ਭਈਏ ਨੂੰ ਵੀ ਦੱਸਣ ਲੱਗ ਪਏ ਸੀ ਜਦੋਂ ਕੰਧ ਤੇ ਖੜੇ ਹੁੰਦੇ ਮੈਂ ਉਹਨਾਂ ਤੇ ਅਟੈਕ ਕਰ ਦਿੰਦਾ ਮੈਂ ਆਪਣੇ ਸਿਰ ਨਾਲ ਉਹਨਾਂ ਦੇ ਅੰਗ ਭੰਦਾ ਸੀ ਭਈਆ ਕਹਿੰਦਾ ਮੈਂ ਆਪਣੇ ਹਥਿਆਰ ਉਥੇ ਚਲਾਉਣਾ ਉਹ ਰਾਤੋ ਰਾਤ ਭੱਜ ਗਿਆ ਸੀ ਮੈਂ ਕੱਲਾ ਰਹਿ ਗਿਆ ਸੀ ਇਸ ਕਮਰੇ 'ਚ ਕੱਲਾ ਬੰਦਾ ਸੌਂ ਸਕਦਾ ਇੰਦਰਪ੍ਰੀਤ ਨੂੰ ਓਨਲੀ ਫੋਨ ਕਰਦਾ ਉਹ ਵੀ ਨਹੀਂ ਆਉਂਦੀ ਮੈਂ ਚਾਹੁੰਦਾ ਸੀ ਉਹ ਇੱਕ ਵਾਰ ਰਹੀ ਡੈਡੀ ਦੀ ਗੱਲ ਅਵਲ ਤਾਂ ਉਹਨੇ ਮੇਰੇ ਨਾਲ ਪੈਣਾ ਨਹੀਂ ਸੀ ਤੇ ਜੇ ਪੈ ਵੀ ਜਾਂਦਾ ਉਹਦਾ ਕੋਈ ਫਾਇਦਾ ਨਹੀਂ ਸੀ ਪੀਤੀ 'ਚ ਉਹਨੂੰ ਕਿਹੜਾ ਸੁਰਤ ਰਹਿੰਦੀ ਹੈ ਮੰਮੀ ਨੂੰ ਸਦਿਆ ਤਾਂ ਉਹਨੇ ਮੇਰੇ ਤੇ ਝੂਠਾ ਦੋਸ਼ ਲਾਤਾ ਕਿ ਮੈਂ ਉਹਦੀਆਂ ਉਹਦੇ ਵੱਲ ਭੁੱਖੀਆਂ ਨਜ਼ਰਾਂ ਨਾਲ ਦੇਖਦਾ ਕੱਲ ਜੋ ਆ ਗਿਆ ਕੋਈ ਬੰਦਾ ਆਪਣੀ ਮਾਂ ਬਾਰੇ ਵੀ ਮੇਰੇ ਅੰਗ ਕੱਟੇ ਜਾਣ ਰੱਬਾ ਕਿੰਦਾਂ ਦੀਆਂ ਬਿਮਾਰੀਆਂ ਲੱਗਣ ਲੱਗ ਪਈਆਂ ਉਦੋਂ ਡਰ ਖੌਣ ਨਾਲੋਂ ਵੀ ਜ਼ਿਆਦਾ ਲੱਗਦਾ ਸੀ ਭਈਏ ਨੂੰ ਕੀ ਦੋਸ਼ ਦੇਵਾਂ ਮੇਰੇ ਆਪਣੇਆਂ ਦਾ ਕੀ ਹਾਲ ਹੈ ਉਹ ਕਰਨਵੀਰ ਨੇ ਕਦੇ ਫੋਨ ਹੀ ਨਹੀਂ ਕੀਤਾ ਦੱਸੋ ਭਲਾ ਮੈਂ ਉਹਨੂੰ ਫੋਨ ਚੋ ਖਾ ਜਾਊਂਗਾ ਉਦਾਂ ਮੇਰੀ ਮੰਮੀ ਐਵੇਂ ਸੋਚਦੀ ਆ ਇਹਨੇ ਉਹਨੂੰ ਵਰਜਿਆ ਹੋਣਾ ਉਹਨੇ ਇੱਕ ਵਾਰ 2 ਲੱਖ ਰੁਪਏ ਭੇਜਿਆ ਮੁੜ ਕੇ ਬੁਲਾਉਣ ਤੋਂ ਵੀ ਜਾਂਦਾ ਲੱਗਾ ਮੰਮੀ ਡੈਡੀ ਨਾਲ ਗੱਟਮੇਟ ਕਰਦਾ ਰਹਿੰਦਾ ਤੇ ਉਹਨਾਂ ਨੂੰ ਡਾਲਰ ਭੇਜਦਾ ਹੈ ਅੱਜ ਕੱਲ ਮੰਮੀ ਦਾ ਲਾਡਲਾ ਪੁੱਤ ਹੈ ਜਿੰਨੇ ਦਿਨ ਭਈਆ ਭਜਿਆ ਰਿਆ ਇਹ ਮੇਰੇ ਅੰਦਰ ਨਹੀਂ ਵੜੀ ਮੈਂ ਚਾਹੇ ਚਿੱਕਾ ਮਾਰਦਾ ਰਹਾ ਭੁੱਖਾ ਪਿਆਰਾ ਇਹਨੇ ਕਮਰੇ ਦੇ ਬਾਹਰ ਘੁੰਮੀ ਜਾਣਾ ਇਹਦੇ ਅੰਦਰ ਆਉਣ ਦੀ ਹਿੰਮਤ ਨਾ ਪੈਣੀ ਪਤਾ ਨਹੀਂ ਇਹ ਮੈਥੋਂ ਡਰਦੀ ਸੀ ਜਾਂ ਭੂਤਾ ਤੋਂ ਕਹਿੰਦੀ ਸੀ ਕਿਤੇ ਪ੍ਰੇਤ ਜਾਂ ਬਿਮਾਰੀ ਸਾਨੂੰ ਨਾ ਚੰਬੜ ਜਾਏ ਡੈਡੀ ਨੇ ਡਿਊਟੀ ਤੋਂ ਆਣਾ ਉਹਨੇ ਵੀ ਅੰਦਰ ਨਾ ਵੜਨਾ ਬਿਮਾਰੀ ਦਾ ਉਹਨੂੰ ਵੀ ਡਰ ਸੀ ਪਹਿਲਾਂ ਉਹਨੇ ਪੈਗ ਲਾ ਕੇ ਕਾਇਮ ਹੋਣਾ ਫਿਰ ਰੋਟੀ ਦੇਣ ਅੰਦਰ ਵੜਨਾ ਜਿੰਨਾਂ ਦੇ ਕੋ ਜਿਸ ਦਿਨ ਉਹਦੇ ਕੋਲ ਬੋਤਲ ਨਾ ਹੋਣੀ ਉਨੇ ਆਨਗਵਾਂ ਚੋਂ ਬੰਦਾ ਲੈ ਕੇ ਅੰਦਰ ਆਉਣਾ ਮੈਨੂੰ ਦੇਖ ਕੇ ਪਸੀਨਾ ਪਸੀਨੀ ਹੋ ਜਾਣਾ ਉਹਨਾਂ ਤਾਂ ਇਸ ਬਿਮਾਰੀ ਤੋਂ ਮੈਨੀ ਸਹਿਮਿਆ ਹੋਣਾ ਜਿੰਨਾ ਇਹ ਡਰ ਗਏ ਮੇਰੀ ਦਰਦ ਨਾਲ ਚੀਕ ਨਿਕਲ ਗਈ ਹੈ ਗਿਰਾਸੀ ਮੁੱਠ ਖੜਿਆ ਹੈ ਮੇਰੇ ਮੂੰਹ ਤੇ ਹੱਥ ਫੇਰ ਕੇ ਫੇਰ ਸੌਂ ਗਿਆ ਹੈ ਕਈ ਰਾਤਾਂ ਤੋਂ ਪੂਰੀ ਤਰ੍ਹਾਂ ਸੁੱਤਾ ਨਹੀਂ ਮੇਰੇ ਦਰਦ ਬਹੁਤ ਹੁੰਦਾ ਸੀ ਇਹ ਜਾਗਦਾ ਰਿਹਾ ਇਹਦਾ ਅਸਲ ਨਾਂ ਰਜੀਸ਼ ਹੈ ਮਮਾ ਦਾ ਸਟੂਡੈਂਟ ਰਿਹਾ ਹੈ ਇਹਨੇ 12ਵੀਂ ਕੀਤੀ ਹੋਈ ਹੈ ਨੇੜਲੇ ਪਿੰਡ ਥਾਂਦੀਆਂ ਤੋਂ ਆਇਆ ਹੈ ਤੇ ਮੇਰੀ ਦੇਖਭਾਲ ਵਿੱਚ ਲਈ ਮੰਮਾ ਨੇ ਚੱਡਾ ਹਸਪਤਾਲ ਵਾਲਿਆਂ ਨਾਲ ਇਹਦੇ ਬਾਰੇ ਗੱਲ ਧੋਰੀ ਸੀ। ਉਸ ਦਿਨ ਮੈਂ ਹਸਪਤਾਲੋਂ ਭੱਜਿਆ ਸੀ। ਉਹਨਾਂ ਨੂੰ ਕੀ ਸੀ ਡਾਕਟਰਾਂ ਨੇ ਤਾਂ ਪੈਸੇ ਵਟੋਰਨੇ ਸੀ ਉਹ ਨਹੀਂ ਮੈਨੂੰ ਰਾਜੇਸ਼ ਦੇ ਦਿੱਤਾ। ਇਹ ਮੈਨੂੰ ਪਸੰਦ ਸੀ ਤੇ ਮੰਮੀ ਡੈਡੀ ਨੂੰ ਵੀ। ਇਹ ਮੰਮੀ ਡੈਡੀ ਨੂੰ ਡਰਿਓ ਦੇਖ ਕੇ ਹੱਸ ਪਿਆ ਸੀ। ਇਹ ਬਿਮਾਰੀ ਖਤਰਨਾਕ ਜ਼ਰੂਰ ਆ ਮੈਡਮ ਜੀ ਕਿਸੇ ਨੂੰ ਕੁਝ ਨਹੀਂ ਕਹਿੰਦੀ। ਮੈਂ ਬਿਮਾਰੀ ਨਾਲ ਸੱਜ ਲਵਾਂਗਾ। ਮੁੰਡਾ ਬੀਬਾ ਨੇ ਡਰ ਵੀ ਆ ਤੇ ਸਮਝਦਾਰ ਵੀ। ਇਹਦੀ ਤਨਖਾਹ ਦੀ ਸੈਟਲਮੈਂਟ ਹੋ ਗਈ ਸੀ ਇਹ ਵਿਚਾਰਾ ਜਿੰਨਾ ਕਰ ਸਕਦਾ ਸੀ ਕਰੀ ਜਾਂਦਾ ਮੈਨੂੰ ਮੰਮੀ ਡੈਡੀ ਤੋਂ ਬਾਅਦ ਬਹੁਤਾ ਗੁੱਸਾ ਅੰਦਰ ਪ੍ਰੀਤ ਤੇ ਆ ਦੇਖੋ ਮੈਂ ਉਹਨੂੰ ਪਿਆਰ ਕਰਦਾ ਤੇ ਉਹ ਹਰ ਸੇ ਬੈੱਡ ਤੇ ਪਿਆ ਤੜ ਫਰਿਆ ਹੁੰਦਾ ਉਹਦੀਆਂ ਹੱਡੀਆਂ ਚ ਦਰਦ ਰਹਿੰਦਾ ਜਿਉਂ ਹੀ ਦਵਾਈ ਉਹਦੇ ਅੰਦਰ ਜਾਂਦੀ ਉਹਦੇ ਕੰਨਾਂ ਚੋਂ ਧੂਆ ਨਿਕਲਦਾ ਪੇਟ ਚ ਜਿੱਦਾਂ ਅੱਗ ਵੱਲ ਜਾਂਦੀ ਪੇਟ ਕੱਸਿਆ ਕੱਸਿਆ ਰਹਿੰਦਾ ਰਾਜੇਸ਼ ਸਾਰੀ ਸਾਰੀ ਰਾਤ ਉਹਦੇ ਪੈਰਾਂ ਦੀ ਮਾਲਿਸ਼ ਕਰਦਾ ਜਦੋਂ ਪੇਟ ਬਹੁਤ ਜ਼ਿਆਦਾ ਕੱਸਿਆ ਜਾਂਦਾ ਦੇਸੀ ਤੇਲ ਦੀ ਮਾਲਿਸ਼ ਨਾਲ ਨਰਮ ਕਰਦਾ ਉਹਦੇ ਨਾਲ ਬੱਚਿਆਂ ਵਾਂਗ ਲਾਡ ਲਡਾਉਂਦਾ ਉਹਨੂੰ ਚੁੰਮਦਾ ਦਿਲਾਸਾ ਦਿੰਦਾ ਉਹਦਾ ਮੂੰਹ ਧੋਂਦਾ ਕੰੰਗੀ ਕਰਦਾ ਰਾਤ ਪੈਂਦੀ ਉਹ ਆਪਣੇ ਘਰ ਜਾਣ ਤੋਂ ਇਨਕਾਰ ਕਰ ਦਿੰਦਾ ਉਹਦੇ ਨਾਲ ਹੀ ਸੌ ਜਾਂਦਾ ਉਹਦੀ ਛਾਤੀ ਦਬਾਉਂਦਾ ਸਿਰ ਘੁੱਟਦਾ ਜਦੋਂ ਉਹਨੂੰ ਇਹ ਸਾਰਾ ਕੁਝ ਕਰਦੇ ਨੂੰ ਦੇਖਦਾ ਉਹ ਇੰਦਰਪ੍ਰੀਤ ਨੂੰ ਫੋਨ ਕਰਦਾ ਮੈਂਦਾ ਨਾਂ ਗिरा ਸੀਮ ਰੱਖਦੇ ਆ ਰਾਜੇਸ਼ ਨਾਂ ਕੋਈ ਮਾੜਾ ਨਹੀਂ ਪਰਿੰਦਰਪੀ ਦੇ ਰੋਕਣ ਦੇ ਬਾਵਜੂਦ ਉਹਨੇ ਇਹਦਾ ਨਾਂ ਗिरासीम ਰੱਖ ਦਿੱਤਾ। ਹੌਲੀ-ਹੌਲੀ ਉਹਨੂੰ ਉਹਦਾ ਰਜੇਸ਼ ਨਾਂ ਭੁੱਲੇ ਗਿਆ ਤੇ ਉਹਦਾ ਗिरासीम ਹੋ ਗਿਆ। ਗिरासीम ਰੋਟੀ ਖਵਾਉਣ ਦੀ ਕੋਸ਼ਿਸ਼ ਕਰਕੇ ਹਟਿਆ। ਪਚੀ ਨਹੀਂ। ਢੇਟ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ। ਕੋਈ ਵੀ ਭਾਰੀ ਚੀਜ਼ ਢੇਟ ਚੱਲਦਾ ਨਹੀਂ। ਉਹਦਾ ਚਿੱਤ ਕਦੇ ਮਿੱਠਾ ਖਾਣ ਨੂੰ ਕਰਦਾ ਕਦੇ ਕੋੜਾ। ਗिरासीम ਕਦੇ ਕੋਈ ਮਠਿਆਈ ਲਿਆਉਂਦਾ ਕਦੇ ਕੁਝ ਛੋਟ ਤੇ ਫਿਰ ਮੂੰਹ ਸੁਲੂਣਾ ਕਰਨ ਲਈ ਕਦੇ ਗੋਲ ਗੱਪੇ ਕਦੇ ਸਮੋਸੇ ਕਦੇ ਨਮਕੀਨ। ਕਦੇ ਕੁਝ ਹੋਰ ਖਿਲਾਉਂਦਾ ਪਰ ਉਹਦੇ ਅੰਦਰ ਕੁਝ ਨਹੀਂ ਲੰਘ ਰਿਹਾ ਜੀਬ ਦੇ ਛਾਲਿਆਂ ਨੇ ਸਵਾਦ ਵੀ ਖਤਮ ਕਰ ਦਿੱਤੇ ਗिरासीम ਨੂੰ ਪੁਚਕਾਰ ਪੁਚਕਾਰ ਕੇ ਖਵਾ ਰਿਹਾ ਹੈ ਗिरासीम ਜੇ ਮੈਂ ਸਾਰਾ ਕੁਝ ਖਾਣਾ ਪੀਣਾ ਬੰਦ ਕਰ ਦੇਵਾਂ ਫਿਰ ਇਸ ਢਿੱਡ ਦੇ ਤੇ ਸਿਰ ਨੂੰ ਪੁੱਛਾਂ ਹੁਣ ਤੁਸੀਂ ਖੁਸ਼ ਹੋ ਇੰਨੀ ਗੱਲ ਕਹਿ ਕੇ ਹਰਸ਼ੇਵ ਠਾਕਾ ਮਾਰ ਕੇ ਹੱਸਿਆ ਗिरासीम ਚੁੱਪ ਬੈਠਾ ਹੈ ਉਹਦੀ ਚੁੱਪ ਨੂੰ ਸਮਝਦਾ ਹੈ ਉਹਦਾ ਧਿਆਨ ਹਟਾਉਣ ਲਈ ਵਿੱਚ ਦੇ ਕ੍ਰੂਜ਼ ਦੇ ਚੁਟਕਲੇ ਸੁਣਾਉਣ ਲੱਗ ਪਿਆ ਗिरासीम ਉਹਦੇ ਚੁਟਕਲੇ ਮਿੱਠ ਖੁੱਭ ਗਿਆ ਸਾਡਾ ਸ਼ਿਪ ਆਪਣੇ ਰੂਟ ਤੇ ਜਾ ਰਿਹਾ ਸੀ ਪੋਰਟਲੈਂਡ ਦੇ ਤੱਟ ਤੋਂ ਜਾਪਾਨੀ ਜਹਾਜ਼ ਸਾਡੇ ਨਾਲ ਰਲਿਆ ਸੀ ਉਸ ਚ ਕਿੰਨੀਆਂ ਸਾਰੀਆਂ ਜਵਾਨ ਕੁੜੀਆਂ ਬੈਠੀਆਂ ਸੀ ਅਸੀਂ ਉਹਨਾਂ ਨੂੰ ਦੇਖ ਕੇ ਆਪਣੀ ਕਮੀਜ਼ਾਂ ਲਾਤੀਆਂ ਜਦੋਂ ਗੋਰੀਆਂ ਨੇ ਲਾਈਆਂ ਅਸੀਂ ਟੜਮ ਕਰਕੇ ਜਹਾਜ਼ ਵਿੱਚਲੇ ਪਾਣੀ 'ਚ ਡਿੱਗ ਪਏ ਸੀ ਗਿਰਾਸੀਮ ਹੱਸ-ਹੱਸ ਕੇ ਲੋਟ-ਪੋਟ ਹੋ ਰਿਹਾ ਹੈ ਹਰ ਸੀਵ ਰੋ ਰਿਹਾ ਹੈ ਉਹਦੇ ਜ਼ੋਰ ਨਾਲ ਦਰਦ ਉੱਠਿਆ ਗਿਰਾਸੀਮ ਚੁੱਕ ਕੇ ਟਾਇਲਟ ਸੀਟ ਤੇ ਬਿਠਾਉਂਦਾ ਖੂਨ ਦੇ ਕਤਰਿਆਂ ਨਾਲ ਸਾਰੀ ਸੀਟ ਲਊ ਲਹਾਨ ਹੋ ਗਈ ਹੈ ਉਹਨੇ ਉਹਨੂੰ ਸਾਫ ਕਰਕੇ ਬੈੱਡ ਤੇ ਲਿਆ ਪਾਇਆ ਸੀਟ ਸਾਫ ਕਰਕੇ ਉਹਨੂੰ ਹੌਸਲਾ ਦੇਣ ਲੱਗ ਪਿਆ ਹਰਸ਼ੇਵ ਦੀ ਜਾਨ ਨਿਕਲਦੀ ਜਾ ਰਹੀ ਹੈ ਪਤਾ ਨਹੀਂ ਉਹਦੇ ਅੰਦਰ ਕਿਹੜਾ ਵਾਇਰਸ ਵੱੜ ਚੁੱਕਿਆ ਹੈ ਜਿਹੜਾ ਉਹਦੀ ਜਾਨ ਲੈ ਰਿਹਾ ਹੈ ਗਿਰਾਸੀਮ ਉਹਨੂੰ ਚੁੱਪ ਕਰਾ ਰਿਹਾ ਹੈ ਭਰਾ ਜੀ ਸ਼ਬਦਾਂ ਨਾਲ ਦਰਦਾਂ ਨੂੰ ਮਾਰਿਆ ਨਹੀਂ ਜਾ ਸਕਦਾ ਗਿਰਾਸੀਮ ਹਰਸ਼ੇਵ ਦੀ ਗੱਲ ਸੁਣ ਕੇ ਚੁੱਪ ਕਰ ਗਿਆ ਉਹਨੂੰ ਇਕੱਲੇ ਨੂੰ ਰੋਣ ਲਈ ਛੱਡ ਕੇ ਬਾਹਰ ਬਰਾਂਡੇ ਦੀ ਨੁੱਕਰ 'ਚ ਬੈਠ ਗਿਆ ਅੱਧੀ ਰਾਤ ਬੀਤ ਚੁੱਕੀ ਐ ਹਰਸੇਵ ਨੇ। ਗिरासीम ਤੋਂ ਇੱਕ ਗਲਾਸ ਵਿਸਕੀ ਦਾ ਲੈ ਕੇ ਪੀਤਾ। ਇਸ ਨਾਲ ਉਹਦਾ ਥੋੜਾ ਦਰਦ ਘਟ ਗਿਆ। ਕੋਈ ਇੱਕ ਹੋਰ ਪੈਗ ਲਾ ਕੇ ਸੌਣਾ ਚਾਹੁੰਦਾ। ਨਾਲ ਪਿਆ ਗिराਸੀਮ ਉਹਦੇ ਹੱਥ ਨੂੰ ਭਲੋਸ ਰਿਹਾ। ਗिराਸੀਮ ਉਹਨਾਂ ਗਲੀਆਂ 'ਚ ਗਏ ਤਾਂ ਸਾਰੀ ਉਸ ਕੰਬਖਤ ਰੱਬ ਨੂੰ ਕੁੱਛ ਮੇਰਾ ਪੈਰ ਹੀ ਚਿੱਕੜ 'ਚ ਫਸਾਉਣਾ ਸੀ। ਹਰਸੇਵ ਨੇ ਹੌਕਾ ਲਿਆ। ਦੂਜਾ ਪੈਗ ਅੰਦਰ ਸੁਟਿਆ। ਗिराਸੀਮ ਨੂੰ ਸੌਣ ਦੀ ਕੋਸ਼ਿਸ਼ ਕੀਤੀ ਵਿੱਚ ਹੈ। ਸ਼ਾਇਦ ਉਹਦੀ ਅੱਖ ਲੱਗ ਗਈ ਐ। ਸਭ ਤੋਂ ਭਿਆਨਕ ਸਜ਼ਾ ਜਾਗਾ ਕੱਟਣਾ ਹੈ ਪਿਛਲੇ 2 ਸਾਲਾਂ ਤੋਂ ਉਹਦੀਆਂ ਅੱਖਾਂ ਨੀਂਦ ਲਈ ਤਰਸ ਗਈਆਂ ਹਨ ਕੋਈ ਮੰਨ ਨਹੀਂ ਸਕਦਾ ਕਿ ਮੌਤ ਇਦਾਂ ਵੀ ਆਉਂਦੀ ਹੈ ਇੰਦਰਪ੍ਰੀਤ ਨੂੰ ਨੀਂਦ ਨਾ ਆਉਣ ਤੋਂ ਵੀ ਚਿੰਤਤ ਹੈ ਤੇ ਦੱਸ ਤੋਂ ਵੀ ਉਹ ਇਸ ਬਿਮਾਰੀ ਦੇ ਸਿੰਪਟਮ ਨੂੰ ਲੈ ਕੇ ਕਈ ਦਿਨਾਂ ਤੋਂ ਨੈਟ ਤੇ ਸਰਚ ਕਰ ਰਹੀ ਹੈ ਫਿਰ ਉਹਨੇ ਸਾਈਕੀਐਟ੍ਰਿਸਟ ਤੋਂ ਸਲਾਹ ਲਈ ਉਹ ਘਟੋ ਘਟੋ ਦੀ ਮਾਨਸਿਕ ਪੀੜਾ ਘਟਾਉਣਾ ਚਾਹੁੰਦੀ ਹੈ ਉਨੇ ਉਹਦੇ ਮੰਮੀ ਡੈਡੀ ਨੂੰ ਸਾਈਕੀਆਟ੍ਰਿਸਟ ਨਾਲ ਮਲਾਇਆ ਸੀ ਉਹ ਡਾਕਟਰ ਦੀ ਦਵਾਈ ਦਾ ਥੋੜਾ ਜਿਹਾ ਅਸਰ ਹੋਇਆ ਸੀ ਉਹਦੀ ਪੀੜ ਤਾਂ ਪਹਿਲਾਂ ਵਾਂਗੀ ਸੀ ਪਰ ਦਵਾਈ ਨਾਲ ਮਨ ਹੌਲਾ ਹੋ ਗਿਆ ਸੀ ਉਹ ਹੁਣ ਰਾਤਾਂ ਨੂੰ ਰਾਤ ਨੂੰ ਚੀਕਾਂ ਨਹੀਂ ਮਾਰਦਾ ਢਿੱਡ ਚ ਮੁੱਕੇ ਨਹੀਂ ਮਾਰਦਾ ਕੰਧ ਚ ਸਿਰ ਨਹੀਂ ਮਾਰਦਾ ਤੇ ਨਾ ਹੀ ਦਰਦ ਵੇਲੇ ਉਹ ਰੱਸਾ ਲੱਭਦਾ ਮਨ ਤਾਂ ਖੁਦਕੁਸ਼ੀ ਕਰਨ ਨੂੰ ਕਰਦਾ ਪਰ ਉਹ ਟਾਲ ਦਿੰਦਾ ਹੁਣ ਗਿਰਾਸੀ ਮਾਨੂੰ ਚਿਕਨ ਸੂਪ ਨਾਲ 2-4 ਬੁਰਕੀਆਂ ਵੀ ਖਵਾ ਦਿੰਦਾ ਪਹਿਲਾਂ ਨਾਲੋਂ ਥੋੜਾ ਸ਼ਾਂਤ ਰਹਿੰਦਾ ਹੈ ਟੀਵੀ ਦੇਖ ਲੈਂਦਾ ਹੈ ਕੰਪਿਊਟਰ ਆਪ ਤਾਂ ਚਲਾ ਨਹੀਂ ਸਕਦਾ ਗਿਰਾ ਸੀਮ ਨੂੰ ਲਾਈ ਰੱਖਦਾ ਹੈ ਉਹ ਹੀ ਇਹਦਾ ਮੇਲ ਪੜ੍ਹਦਾ ਤੇ ਭੇਜਦਾ ਹੈ ਡਾਕਟਰ ਇਲਾਜ ਤਾਂ ਕਰ ਰਿਹਾ ਪਰ ਜ਼ਖਮ ਨਹੀਂ ਠੀਕ ਹੋ ਰਿਹਾ ਡਾਕਟਰ ਜੀ ਨੂੰ ਫਾਈਲਸ ਕਹ ਰਹੇ ਹੈ ਦਰਅਸਲ ਫੰਗਸ ਇਨਫੈਕਸ਼ਨ ਹੈ ਨਵੇਂ ਡਾਕਟਰ ਨੇ ਉਹਦੀ ਦਰਦ ਭਰੀ ਇਨਫੈਕਸ਼ਨ ਤਾਂ ਹਟਾ ਦਿੱਤੀ ਪਰ ਉਸ ਤੋਂ ਬਾਅਦ ਭਾਰ ਬੜੀ ਤੇਜ਼ੀ ਨਾਲ ਘਟਣ ਲੱਗ ਪਿਆ ਕਦੇ 6 ਫੁੱਟ 2 ਇੰਚ ਤੇ 80 ਕਿਲੋ ਭਾਰ ਵਾਲਾ ਗੱਭਰੂ 52 ਕਿਲੋ ਦਾ ਰਹਿ ਗਿਆ। ਉਹਦਾ ਮੂੰਹ ਚੁਗਲ ਵਰਗਾ ਬਣ ਗਿਆ। ਉਹਨੇ ਜਵਾਨੀ ਵਿੱਚ ਹੀ ਬੁਢਾਪਾ ਦੇਖ ਲਿਆ। ਉਹਨੇ ਆਪਣੀ ਵਸੀਅਤ ਆਪਣੀ ਮੰਮੀ ਨੂੰ ਭਜਵਾਈ ਸੀ। ਮੰਮੀ ਮੇਰੀਆਂ ਪਸਲੀਆਂ ਦੀ ਟੋਕਰੀ ਬਣਾ ਲੈਣੀ। ਮੇਰੀ ਰੀੜ ਦੀ ਹੱਡੀ ਤਾਂ ਤੋੜ ਦਿੱਤੀ ਗਈ ਸੀ ਪਰ ਇਹ ਮਜ਼ਬੂਤ ਬਣੀ ਹੈ। ਜਿੱਥੇ ਬਿਨਾਂ ਰੱਖੀ ਦਾ ਉਸ ਮੋਟੀ ਛਿੱਟੀ ਦੀ ਜਗ੍ਹਾ ਇਹਨੂੰ ਵਰਤ ਲੈਣਾ। ਅਲਵਿਦਾ। ਉਹਦੀ ਵਸੀਅਤ ਪੜ੍ਹ ਕੇ ਮਾਪੇ ਬਹੁਤ ਤੜਫੇ ਸੀ। ਦੇਨਬਦਨ ਮੌਤ ਦੇ ਚਿਹਰੇ ਤੇ ਆਪਣੀ ਇਬਾਰਤ ਲਿਖ ਰਹੀ ਹੈ ਟਾਇਲਟ ਜਾਣ ਵੇਲੇ ਤਕਲੀਫ ਘਟ ਗਈ ਸੀ ਪਰ ਮੂੰਹ ਦੇ ਛਾਲੇ ਪਾਥੀਆਂ ਵਾਂਗ ਪੱਥੇ ਗਏ ਸਨ ਮੂੰਹ ਚ ਪਾਣੀ ਦਾ ਤੁਪਕਾ ਹੀ ਜਾਂ ਸੂਪ ਦਾ ਚਮਚ ਹੀ ਮਸਾ ਲੰਗਦਾ ਡਾਕਟਰ ਨੇ ਦੱਸਿਆ ਸੀ ਭੋਜਨ ਨਾਲੀ ਵਿੱਚ ਵੀ ਫੰਗਸ ਇਨਫੈਕਸ਼ਨ ਹੋ ਗਈ ਹੈ ਤੇ ਜੇ ਅੱਗੇ ਮੇਦੇ ਚ ਚਲੀ ਗਈ ਤਾਂ ਇਹਦੀ ਮੌਤ ਆ ਟੱਲ ਹੈ ਖੈਰ ਉਹਦੇ ਮੰਮੀ ਡੈਡੀ ਉਹਨੂੰ ਹਸਪਤਾਲ ਲੈ ਗਏ ਜਦੋਂ ਇਨਫੈਕਸ਼ਨ ਥੋੜੀ ਕੰਟਰੋਲ ਚ ਆ ਗਈ ਫੇਰ ਘਰ ਲੈ ਆਏ ਉਹ ਗਿਰਾ ਸੀਮ ਕੋਲ ਰੋਣ ਲੱਗ ਪੈਂਦਾ ਮੈਨੂੰ ਪਤਾ ਹੈ ਮੈਂ ਮੈਂ ਵੀ ਮਰ ਜਾਵਾਂਗਾ ਇਵਾਨ ਇਲੀਚ ਵਾਂ ਉਹਨੂੰ ਇੱਕ ਵੱਖੀ ਦਾ ਦਰਦ ਲੈ ਬੈਠਾ ਤੇ ਮੈਂ ਮੈਂ ਤਾਂ ਉਸ ਬਿਮਾਰੀ ਨਾਲ ਮਰ ਰਿਹਾ ਜਿਹਦਾ ਕੋਈ ਇਲਾਜ ਹੀ ਨਹੀਂ ਹਾਏ ਓਏ ਇੰਨੀ ਭਿਆਨਕ ਮੌਤ ਉਹਨੂੰ ਕੋਈ ਰਸਤਾ ਨਹੀਂ ਦਿਸ ਰਿਹਾ ਚਾਰੇ ਪਾਸੇ ਧੁੰਦ ਹੀ ਧੁੰਦ ਹੈ ਇਵਾਨ ਇਲੀਚ ਦੀ ਮੌਤ ਤਾਂ ਉਹਨੂੰ ਆਪਣੇ ਅੱਗੇ ਕੁਝ ਵੀ ਨਹੀਂ ਲੱਗ ਰਹੀ ਜਿਹੜੀ ਮੌਤ ਉਹ ਮਰ ਰਿਹਾ ਉਹ ਬਹੁਤ ਭਿਆਨਕ ਹੈ ਅੱਜ ਉਹਨੇ ਇੰਦਰਪ੍ਰੀਤ ਨੂੰ ਦੋ ਮੇਲਾ ਸੈਂਡ ਕਰਵਾਈਆਂ ਮੌਤ ਕੀ ਹੁੰਦੀ ਹੈ ਜ਼ਿੰਦਗੀ ਕੀ ਹੁੰਦੀ ਹੈ ਇਹਦਾ ਅਹਿਸਾਸ ਡੈਥ ਬੈੱਡ ਤੇ ਪਏ ਬੰਦੇ ਨੂੰ ਹੀ ਹੁੰਦਾ ਜੇ ਮੈਂ ਡੈਥ ਆਫ ਇਵਾਨੀ ਲੀਚ ਫਿਲਮ ਨਾ ਦੇਖਦਾ ਸ਼ਾਇਦ ਮੈਂ ਮਰਨਾ ਨਹੀਂ ਸੀ ਔਰਤ ਨੂੰ ਜਿਸਮ ਤੇ ਮਾਸ ਦੀ ਗੁੱਡੀ ਸਮਝਣ ਵਾਲਾ ਹਰ ਸੇਵ ਆਖਰੀ ਸਾਹਾਂ ਤੇ ਇੰਦਰਪ੍ਰੀਤੋ ਦੇ ਘਰ ਨਹੀਂ ਆਉਂਦੀ ਫੋਨ ਜਾਂ ਨੈਟ ਰਾਈ ਸੰਪਰਕ ਬਣਾਈ ਰੱਖਦੀ ਹੈ ਉਹ ਜਾਣਦੀ ਹੈ ਦੀਵੇ ਦੀ ਲੋ ਦੇ ਆਖਰੀ ਪਵਾਕੇ ਬਚੇ ਹੈ ਉਹ ਤਾਂ ਉਸ ਲੋਰ ਨੂੰ ਮੜ ਭੰਬੜ ਬਣਾ ਦੇਣਾ ਚਾਹੁੰਦੀ ਹੈ ਉਸੇ ਡਾਕਟਰ ਤੋਂ ਇਲਾਜ ਕਰਾਉਣ ਲਈ ਉਹਦੇ ਮੰਮੀ ਡੈਡੀ ਤੇ ਜ਼ੋਰ ਪਾ ਰਹੀ ਐ ਜਿਹਦੀ ਦਵਾਈ ਨਾਲੋਂ ਕਮਜ਼ੋਰਤਾ ਹੋਇਆ ਪਰ ਉਹਦੇ ਜ਼ਖਮ ਠੀਕ ਹੋ ਗਏ ਉਹ ਡਾਇਰੀਏ ਦੇ ਤਾਜ਼ੇ ਹਮਲੇ ਨੇ ਉਹਨਾਂ ਨੂੰ ਹੱਥ ਪੈਰਾਂ ਦੀਆਂ ਪਾਤੀਆਂ ਉਹ ਸਰੀਰ ਸੰਭਰ ਦੇ ਕਾਬਲ ਨਹੀਂ ਰਿਹਾ ਉਹਦੇ ਕੋਲੋਂ ਆਪਣਾ ਹੱਥ ਵੀ ਉਠਾਇਆ ਨਹੀਂ ਜਾਂਦਾ ਦੋ ਮਹੀਨਿਆਂ ਵਿੱਚ ਹੀ ਉਹਦਾ ਭਾਰ 52 ਕਿਲੋ ਤੋਂ ਘਟ ਕੇ 28 ਕਿਲੋ ਰਹਿ ਗਿਆ ਖਾਣੇ ਦੇ ਨਾਂ ਤੇ ਉਹਨੂੰ ਕਚਿਆਂ ਆਉਂਦੇ ਐ ਗਿਰਾਸੀਮ ਜੂਸ ਜਾਂ ਪਾਣੀ ਚਮਚੇ ਨਾਲ ਪਿਲਾਉਂਦਾ ਹੈ ਉਹਦੇ 'ਚ ਸਾਹ ਸੱਤ ਨਹੀਂ ਰਿਹਾ ਇੰਦਰਪ੍ਰੀਤ ਦਿਹਾੜਿਤ ਕਈ ਵਾਰ ਫੋਨ ਕਰਦੀ ਹੈ ਪਰ ਉਹ ਬੋਲਦਾ ਨਹੀਂ ਉਹਦੀ ਆਵਾਜ਼ ਵੀ ਨਹੀਂ ਨਿਕਲਦੀ ਉਹਨੂੰ ਟੱਟੀ ਪਿਸ਼ਾਬ ਦਾ ਵੀ ਪਤਾ ਨਹੀਂ ਲੱਗਦਾ ਹਰ ਸੇਵ ਦੇ ਸਰੀਰ ਦੀਆਂ ਹਰਕਤਾਂ ਹੌਲੀ ਹੋ ਗਈਆਂ ਇੰਦਰਪ੍ਰੀਤ ਦਾ ਵਿਸ਼ਵਾਸ ਵੀ ਟੜਕ ਗਿਆ ਉਹਦੇ ਨੈੱਟ ਦੀ ਸਰਚ ਉਹਨੂੰ ਦੱਸ ਰਹੀ ਹੈ ਕਿ ਕੁਝ ਦੇਰ ਤੱਕ ਉਹ ਆਪਣੇ ਹੱਥ ਪੈਰ ਹਿਲਾਉਣ ਤੋਂ ਵੀ ਆਵਾਜ਼ ਆਰ ਹੋ ਜਾਏਗਾ ਇੰਜ ਹੀ ਹੋਇਆ ਬਸ ਇਹ ਆਖਰੀ ਵਕਤ ਆਉਣ ਤੋਂ ਪਹਿਲਾਂ ਦੇ ਦਿਨ ਸੀ ਗिरासीम ਹਰ ਪਲ ਉਹਦੀ ਸੇਵਾ ਚ ਲੱਗਾ ਰਹਿੰਦਾ ਹੈ ਉਦੀ ਮੰਮੀ ਦੋ ਵਕਤੋ ਉਦੀ ਰੂਮ ਚ ਆਉਂਦੀ ਐ ਗੁਟਕਾ ਉਹਦੇ ਹੱਥ ਚ ਹੁੰਦਾ ਹੈ ਕੁਰਸੀ ਤੇ ਬੈਠ ਜਾਂਦੀ ਐ ਸਿਰ ਟੱਕ ਲੈਂਦੀ ਐ ਪਾਠ ਪੜ੍ਹਦੀ ਐ ਮੱਥਾ ਟੇਕ ਕੇ ਤੁਰ ਜਾਂਦੀ ਐ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਉਹਦਾ ਡੈਡੀ ਵੀ ਉਹਦੇ ਕਮਰੇ ਚ ਜ਼ਰੂਰ ਆਉਂਦਾ ਐ ਪ੍ਰਸ਼ਾਦ ਵੰਡ ਕੇ ਜਾਣਾ ਉਸ ਦਾ ਨਿਤਨੇਮ ਬਣਿਆ ਹੋਇਆ ਡਾਕਟਰ ਕਹਿ ਰਿਹਾ ਸੀ ਹਰਸੇਵ ਨੂੰ ਜੋ ਬੁਖਾਰ ਐ ਉਹਦੀ ਦਵਾਈ ਕਰਕੇ ਪਰ ਬੁਖਾਰ ਤਾਂ ਟੁੱਟ ਹੀ ਨਹੀਂ ਰਿਹਾ ਗਰਾਸੀ ਮਸ ਕੋਲ ਕਦੇ ਸੂਪ ਕਦੇ ਦੁੱਧ ਕਦੇ ਜੂਸ ਲੈ ਕੇ ਖੜਾ ਹੁੰਦਾ ਹੈ ਉਹ ਥੋੜੀ ਜਿਹੀ ਅੱਖ ਫੁੱਟਦਾ ਉਹ ਚਮਚਾ ਉਹਦੇ ਮੂੰਹ ਚ ਪਾ ਦਿੰਦਾ ਹਰ ਸੇਵ ਦੀ ਸਾਰੀ ਚਮੜੀ ਪਹਿਲਾਂ ਤਾਂ ਕਾਲੀ ਹੋ ਗਈ ਸੀ ਫਿਰ ਥੋੜੇ ਦਿਨਾਂ ਬਾਅਦ ਲਹਿਣੀ ਸ਼ੁਰੂ ਹੋ ਗਈ ਥੱਲੇੋਂ ਨਵੇਂ ਜਨਮੇ ਬੱਚੇ ਵਰਗੀ ਚਮੜੀ ਨਿਕਲ ਰਹੀ ਉਹਦੇ ਮਨ ਦੀ ਅਜੀਬ ਦਸ਼ਾ ਮਨੀ ਮਨ ਆਖ ਰਿਹਾ ਇਹ ਮੇਰੀ ਚਮੜੀ ਨਹੀਂ ਲੈ ਰਹੀ ਇਹ ਤਾਂ ਮੌਤ ਹੈ ਜੋ ਮੇਰੇ ਜਿਸਮ ਤੇ ਉਤਰ ਚੜ ਰਹੀ ਹੈ ਮੈਂ ਮਰ ਰਿਹਾ ਮੈਂ ਪ੍ਰੀਤ ਨੂੰ ਮਿਲਣਾ ਚਾਹਣਾ ਪਰ ਮੈਂ ਕਿਵੇਂ ਦੱਸਾਂ ਮੇਰੀ ਆਵਾਜ਼ ਮੇਰੇ ਹੱਥ ਉਹ ਡੁੱਸਕਦਾਰਿਆ ਗिरा ਸੀ ਮੋਦੇ ਨਾਲ ਲੇਟ ਗਿਆ ਉਨੇ ਹਰਸੇਵ ਨੂੰ ਜਫੀ ਚ ਲਿਆ ਉਹਨੂੰ ਉਹਦੀ ਛਾਤੀ ਨਾਲ ਲਾ ਕੇ ਚੈਨ ਤਾਂ ਪੈ ਗਈ ਪਰ ਉਹਦਾ ਸਾਹ ਨਹੀਂ ਨਿਕਲ ਰਿਹਾ ਉਹਦੀ ਛਾਤੀ ਨਾਲ ਬੱਚੇ ਵਾਂਗ ਲੱਗਿਆ ਹੋਇਆ ਵਿਲਕੀ ਜਾ ਰਿਹਾ ਉਹਦੇ ਹੰਝੂ ਵੀ ਬਾਹਰ ਨਹੀਂ ਡਿੱਗ ਰਹੇ ਜਿਵੇਂ ਹੰਝੂ ਬਾਹਰ ਕੱਢਣ ਦੀ ਤਾਕਤ ਵੀ ਇਸ ਬਿਮਾਰੀ ਨੇ ਖੋਹ ਲਈ ਹੋਵੇ ਗिरासीम ਨੇ ਜਫੀ ਢਿੱਲੀ ਕੀਤੀ ਹੈ ਬੁਖਾਰ ਨਾਲ ਹਰਸੇਵ ਦਾ ਸਰੀਰ ਤੜ ਤਪਦਾ ਪਿਆ ਉਹ ਪਾਣੀ ਦੀਆਂ ਪੱਟੀਆਂ ਰੱਖਣ ਲੱਗ ਪਿਆ ਨਾਲੋਂ ਨਾਲ ਇੰਦਰਪ੍ਰੀਤ ਨੂੰ ਫੋਨ ਤੇ ਦੱਸੀ ਵੀ ਜਾ ਰਿਹਾ ਖੂਨ ਜਨ ਇਨਫੈਕਸ਼ਨ ਹੋ ਗਈ ਹੈ ਵਾਇਰਸ ਦਾ ਹਮਲਾ ਉਹਦੇ ਸਾਰੇ ਆਰਗਨ ਤੇ ਹੋਣ ਵਾਲਾ ਉਹਨਾਂ ਲਈ ਬੜਾ ਭਿਆਨਕ ਸਮਾਂ ਹੈ ਉਹਦੇ ਮੰਮੀ ਤੇ ਡੈਡੀ ਦੇਖ ਕੇ ਮੁੜ ਜਾਂਦੇ ਆ ਪਾਠ ਤੇ ਅਰਦਾਸਾਂ 'ਚ ਖੁੱਪ ਜਾਂਦੇ ਆ ਮੱਸੀ ਰਾਤ ਲੰਗੀ ਹੈ ਹਰ ਸੇਵ ਦੇ ਕੰਨ ਮੁੜ ਗਏ ਕੰਨਾਂ ਅੱਖਾਂ ਤੇ ਮੂੰਹ 'ਚੋ ਅਜੀਬ ਜੇ ਪਦਾਰਥ ਦਾ ਰਿਸਾਅ ਹੋਇਆ ਉਹਦੀਆਂ ਅੱਖਾਂ ਛੱਤ ਵੱਲ ਟਿਕੀਆਂ ਹੋਈਆਂ ਉਹਦੇ ਮੰਮੀ ਡੈਡੀ ਮੌਤ ਲਈ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਆ ਗਿਰਾਸੀ ਨੂੰ ਸਮਝ ਨਹੀਂ ਲੱਗ ਰਹੀ ਉਹਦਾ ਸਾਹ ਕਿਉਂ ਨਹੀਂ ਨਿਕਲ ਰਿਹਾ ਪਤਾ ਨਹੀਂ ਉਹਦੇ ਕੀ ਮਨ ਆਇਆ ਉਹਨੇ ਕੰਪਿਊਟਰ ਔਨ ਕੀਤਾ ਡੈਥ ਆਫ ਇਵਾਨ ਇਲੀਚ ਮੂਵੀ ਦਾ ਅੰਤਮ ਹਿੱਸਾ ਦੇਖਣ ਲੱਗ ਪਿਆ ਇਵਾਨ ਇਕੱਲਾ ਰਹਿਣ ਦੀ ચીਕ ਰਿਹਾ ਹੈ ਕੱਪੜਿਆਂ ਨੂੰ ਪਾੜ ਰਿਹਾ ਉਹ ચીਕਾਂ ਤੋਂ ਬਾਹਾਂ ਮਾਰ ਰਿਹਾ ਪ੍ਰਾਸਕੋਵਿਆ ਆਉਂਦੀ ਹੈ ਉਹਦੀ ਪੀੜ ਹੋਰ ਵੱਜ ਜਾਂਦੀ ਹੈ ਪ੍ਰਾਸਕੋਵਿਆ ਚਲੀ ਜਾਂਦੀ ਹੈ ਉਹਦਾ ਪੁੱਤ ਆਉਂਦਾ ਹੈ ਉਹਦਾ ਹੱਥ ਚੁੰਮਦਾ ਹੈ ਉਹ ਸ਼ਾਂਤ ਹੋ ਜਾਂਦਾ ਹੈ ਗਿਰਾਸੀ ਮ ਉਹਦੇ ਮੰਮੀ ਡੈਡੀ ਨੂੰ ਕਮਰੇ ਚੋਂ ਬਾਹਰ ਨਿਕਲਣ ਲਈ ਹੱਥ ਜੋੜਦਾ ਹੈ ਉਹ ਵੈਗਰੂ ਵੈਗਰੂ ਕਰਦੇ ਕਮਰੇ ਚੋਂ ਬਾਹਰ ਚਲੇ ਜਾਂਦੇ ਆ ਗਿਰਾਸੀਮ ਨੇ ਫੋਨ ਤੇ ਇੰਦਰਪ੍ਰੀਤ ਦਾ ਓਨਲੀ ਮਿੰਤਾ ਅਤਰਲਾ ਕੀਤਾ ਹੈ। ਇੰਦਰਪ੍ਰੀਤ ਕਮਰੇ ਅੰਦਰ ਆਵੜੀ ਹੈ। ਉਹਨੇ ਆਉਂਦਿਆਂ ਹੀ ਉਹਦੇ ਮੱਥੇ ਤੇ ਹੱਥ ਫੇਰਿਆ। ਉਂਗਲਾਂ ਨਾਲ ਵਾਲਾਂ ਦੀ ਕੰੰਗੀ ਕੀਤੀ। ਹਰਸੀਮ ਮੁਸਕਰਾ ਪਿਆ। ਉਹਨੇ ਉੱਠ ਕੇ ਪ੍ਰੀਤ ਨੂੰ ਜੱਫੀ 'ਚ ਲੈਣਾ ਚਾਹਿਆ ਪਰ ਉਹ ਤੋਂ ਉੱਠ ਨਹੀਂ ਹੋਇਆ। ਉਹਨੇ ਤੜਾਈ ਤੋੜਦੇ ਨੂੰ ਦੇਖ ਕੇ ਇੰਦਰਪ੍ਰੀਤ ਦੀਆਂ ਅੱਖਾਂ 'ਚ ਅਥਰੂ ਡਿੱਗੇ ਹਨ। ਚੁੰਨੀ ਭੇਜ ਗਈ ਹੈ। ਉਹਨੇ ਉਹਦਾ ਹੱਥ ਚੁੰਮਿਆ। ਗਿਰਾਸੀਮ ਕੰਪਿਊਟਰ ਟੇਬਲ ਤੇ ਸਿਰ ਛੁੱਟੀ ਡੁਸਕੀ ਜਾ ਰਿਹਾ। ਉਹਨਾਂ ਹਰ ਸੇਵ ਦੇ ਦਿਮਾਗ 'ਚ ਇਵਾਨ ਅਲੀਚ ਹੈ। ਉਹਦੇ ਸਾਹਾਂ ਦੀ ਖੜਖੜ ਹੈ। ਉਹਨੂੰ ਲੱਗ ਰਿਹਾ ਇਵਾਨ ਵਾਂਗ ਉਹਦੇ ਸਾਹ ਵੀ ਖੜਕ ਰਹੇ ਹਨ। ਛਾਤੀ 'ਚ ਬਲਗਮ ਭਰੀ ਹੋਈ ਹੈ। ਅੰਦਰ ਪੀੜ ਹੋ ਰਹੀ ਹੈ। ਇਹ ਮਰਨ ਪੀੜ ਹੈ। ਪਤਾ ਨਹੀਂ ਉਸ ਅੰਦਰੋਂ ਕਿੰਨਾ ਦਰਦ ਉੱਠਿਆ ਹੈ ਕਿ ਮੂੰਹੋਂ ਇੱਕ ਭਿਆਨਕ ਚੀਕ ਨਿਕਲੀ ਹੈ। ਨਬਜ਼ ਰੁਕ ਗਈ ਹੈ। ਹੁਣ ਕੁਝ ਨਹੀਂ ਬਚਿਆ। ਉਹਦੀਆਂ ਅੱਖਾਂ ਟੱਡੀਆਂ ਹੀ ਰਹਿ ਗਈਆਂ। ਗਿਰਾਸੀਮ ਨੇ ਉੱਠ ਕੇ ਉਹਦੀਆਂ ਅੱਖਾਂ ਤੇ ਹੱਥ ਫੇਰੇ ਅੱਖਾਂ ਮੀਟੀਆਂ ਗਈਆਂ। ਇੰਦਰਪ੍ਰੀਤ ਨੂੰ ਹਰ ਸੇਵ ਦੇ ਕਈ ਸ਼ਬਦ ਉਹਦੇ ਕੰਨਾਂ 'ਚ ਗੂੰਜਣ ਲੱਗੇ ਹਨ ਕੀ ਤੂੰ ਮੌਤ ਦੇਖੀ ਹੈ ਨਹੀਂ ਮੈਂ ਦੇਖੀ ਹੈ ਇਹ ਇੱਥੇ ਹੈ ਮੇਰੇ ਪੇਟ ਵਿੱਚ ਉਹਨੇ ਆਪਣੇ ਪੇਟ ਦੇ ਹੇਠਾਂ ਜ਼ੋਰ ਦੇਣੀ ਹੱਥ ਮਾਰ ਕੇ ਆਖਿਆ ਸੀ ਤੇ ਹੁਣ ਹੁਣ ਮੌਤ ਪੇਟ ਦੀ ਥਾਂ ਉਹਦੇ ਸਾਰੇ ਜਿਸਮ ਤੇ ਫੈਲ ਚੁੱਕੀ ਹੈ ਧੰਨ